ਜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਹਿੰਦੇ ਸਾਨੂੰ ਨਹੀਂ ਕੇਜਰੀਵਾਲ ਦਾ 1000 ਰੁਪਿਆ ਚਾਹੀਦਾ ਹੈਗਾ ਮੈਂ ਕਿਹਾ ਪਰ ਤੁਹਾਨੂੰ ਕਦੋਂ ਚਾਹੀਦਾ ਹੋਊਗਾ ਤੁਹਾਨੂੰ ਕਿਉਂ ਚਾਹੀਦਾ ਕੋਠੇ ਜਿੱਡੀ ਦਾ ਉਸ ਬੀਬੀ ਦੇ ਕੋਲ ਗੱਡੀ ਹੈ ਉਹ ਗੱਡੀ 'ਚ ਵੀ ਤੇਲ ਉਹਨੇ ਪੱਲਿਓ ਨਹੀਂ ਪੈਣਾ ਹੈਗਾ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ 'ਚ ਉਹਦੀ ਗੱਡੀ ਦਾ ਤੇਲ ਪੂਰਾ ਹੁੰਦਾ 10-12 ਗਨਮੈਨ ਹੁੰਦੇ ਨੇ ਉਹਨਾਂ ਗਨਮੈਨਾਂ ਨੂੰ ਵੀ ਤਨਖਾਹ ਬੀਬੀ ਨੇ ਪੱਲਿਓ ਨਹੀਂ ਦੇਣੀ ਹੁੰਦੀ ਉਹ ਵੀ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਜਾਂਦੀ ਹੈ ਤੇ ਮੈਂ ਕਿਹਾ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਤੂੰ ਕੰਮ ਕਰਦੀ ਆ ਉਹਨਾਂ ਦਫ਼ਤਰਾਂ ਦੇ ਖਰਚੇ ਕਿੱਥੋਂ ਪੂਰੇ ਹੁੰਦੇ ਨੇ ਉਹ ਵੀ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਪੂਰੇ ਹੁੰਦੇ ਨੇ ਤੇ ਜੇ 72 ਨੂੰ ਇੰਨੀਆਂ ਸਹੂਲਤਾਂ ਮਿਲਣ ਬੀਬੀ ਤੁਹਾਨੂੰ ਸਾਰੀਆਂ ਨੂੰ ਤੇ ਆਪਾਂ 1000 ਰੁਪਿਆ ਕੀ ਕਰਨਾ ਆਪਾਂ 1000 ਰੁਪਿਆ ਕੀ ਕਰਨਾ 1000 ਰੁਪਿਆ ਚਾਹੀਦਾ ਕਿਹਨਾਂ ਨੂੰ ਆ ਉਹਨਾਂ ਮੇਰੇ ਵਰਗੀਆਂ ਉਹਨਾਂ ਕੁੜੀਆਂ ਨੂੰ ਚਾਹੀਦਾ ਆ ਜਿਹੜੀਆਂ ਦੂਜੇ ਸ਼ਹਿਰ ਪੜ੍ਹਨ ਜਾਂਦੀਆਂ ਨੇ ਤੁਹਾਡੇ ਪਿੰਡੋਂ ਵੀ ਬਹੁਤ ਸਾਰੀਆਂ ਕੁੜੀਆਂ ਪੜ੍ਹਨ ਜਾਂਦੀਆਂ ਨੇ ਮੈਂ 6 ਸਾਲ ਪਟਿਆਲੇ ਪੜ੍ਹੀ ਆ ਚੰਨੋ ਤੋਂ ਬੱਸ ਚੜ੍ਹਦੀ ਸੀ 25 ਰੁਪਏ ਕਿਰਾਇਆ ਲੱਗਦਾ ਸੀ ਪਟਿਆਲੇ ਦਾ 25 ਰੁਪਏ ਪਟਿਆਲੇ ਤੋਂ ਕਿਰਾਇਆ ਲਾ ਕੇ ਵਾਪਸ ਚੰਨੋ ਆਉਂਦੀ ਸੀ 10 ਰੁਪਏ ਚੁੰਗੀ ਤੋਂ ਪਟਿਆਲੇ ਚੁੰਗੀ ਤੋਂ ਕਾਲਜ ਦੇ 10 ਰੁਪਏ ਕਾਲਜ ਤੋਂ ਦੁਬਾਰਾ ਚੁੰਗੀ ਦੇ ਇੱਕ ਦਿਨ ਦਾ 70 ਰੁਪਏ ਕਿਰਾਇਆ ਮੇਰਾ ਰੋਜ਼ ਦਾ ਸੀ ਪਰ ਮੇਰਾ ਬਾਪੂ ਮੈਨੂੰ ਰੋਜ਼ ਦੇ 70 ਰੁਪਏ ਕੱਲੇ ਕਿਰਾਏ ਲਈ ਨਹੀਂ ਦੇ ਸਕਦਾ ਸੀ ਤੇ ਅੱਜ ਮੈਂ ਸੋਚਦੀ ਆ ਵੀ ਜੇ ਉਦੋਂ ਕੇਜਰੀਵਾਲ ਦੀ ਸਰਕਾਰ ਹੁੰਦੀ ਤੇ ਮੈਨੂੰ ਤੇ ਮੇਰੀ ਮਾਂ ਨੂੰ 2000 ਰੁਪਏ ਮਿਲਿਆ ਕਰਨਾ ਸੀ ਤੇ ਹਰ ਮਾਂ ਚਾਹੁੰਦੀ ਆ ਵੀ ਉਹਦੀ ਧੀ ਪੜ ਲਿਖ ਕੇ ਅੱਗੇ ਵਧੇ ਤੇ 2000 ਨਾਲ ਮੈਂ ਸਮੇਂ ਸਿਰ ਕਾਲਜ ਪਹੁੰਚ ਗਿਆ ਕਰਦੀ ਤੁਹਾਡੇ ਪਿੰਡ ਦੇ ਮੁੰਡੇ ਕੁੜੀਆਂ ਨੂੰ ਪਤਾ ਹੋਊਗਾ ਜਦੋਂ ਅਸੀਂ ਚੰਨੋ ਤੋਂ ਬੱਸ ਚੜ੍ਹਦੇ ਸੀ ਨਾ 3-3 ਘੰਟੇ ਅੱਡੇ ਤੇ ਖੜਦੇ ਸੀ ਸਾਨੂੰ ਬੱਸ ਦੇ ਵਿੱਚ ਇੱਕ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਸੀ ਤੇ ਜਦੋਂ 3 ਘੰਟੇ ਬਾਅਦ ਬੱਸ ਮਿਲਣੀ ਵੀ ਇੱਕ ਪੈਰ ਰੱਖ ਕੇ ਸਖੂਪੁਰ ਵਾਲਾ ਗੁਰਦੁਆਰਾ ਟੱਪ ਜਾਂਦੀਆਂ ਸੀ ਜਦੋਂ ਜਾ ਕੇ ਬੱਸ ਦੇ ਵਿੱਚ 2 ਪੈਰ ਟਿਕਦੇ ਸੀ ਸੀਟ ਤਾਂ ਕਦੇ ਮਿਲੀ ਨਹੀਂ ਸੀ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਪੜਿਆ ਮੈਂ ਪੜ ਕੇ ਆਈ ਆ 6 ਸਾਲ ਲਾ ਕੇ ਆਈ ਆ ਤੇ ਮੈਂ ਇੰਨਾ ਦਾਵਾ ਕਰ ਸਕਦੀ ਕਿ ਉਹਨਾਂ ਹਾਲਾਤਾਂ ਦੇ ਵਿੱਚ ਜੇ ਕਿਸੇ ਦਾ ਚਾਚਾ ਤਾਇਆ ਜਦੋਂ ਪਿਓ ਜਾਂ ਭਰਾ ਕੁੜੀ ਨੂੰ ਬੱਸ ਚੜ੍ਹਦੀ ਨੂੰ ਦੇਖ ਲਵੇ ਨਾ ਤਾਂ ਮੁੜ ਕੇ ਕਾਲਜ ਪੜ੍ਹਨ ਨਹੀਂ ਜਾਣ ਦੇਊਗਾ ਵੀ ਜਿਹੜੇ ਹਾਲਾਤ ਕੁੜੀਆਂ 'ਚ ਪੜ੍ਹਨ ਜਾਂਦੀਆਂ ਨੇ ਕਿ ਅਸੀਂ ਧੱਕੇ ਖਾ ਕੇ ਆਪਣੀ ਪੜ੍ਹਾਈ 6 ਸਾਲਾਂ ਦੇ ਵਿੱਚ ਪੂਰੀ ਕਰੀ ਹੈ ਅੱਜ ਮੈਂ ਸੋਚਦੀ ਹਾਂ ਵੀ ਉਹਨਾਂ 2000 ਰੁਪਏ ਦੇ ਨਾਲ ਮੈਂ ਘੱਟੋ ਘੱਟ ਜਾਂਦੀ ਵਾਰ ਦਾ ਕਿਰਾਇਆ ਲਾ ਕੇ ਪ੍ਰਾਈਵੇਟ ਬੱਸ ਦੇ ਵਿੱਚ ਸਮੇਂ ਸਿਰ ਆਪਦੇ ਕਾਲਜ ਪਹੁੰਚ ਜਾ ਕਰਦੀ ਮੇਰੇ 2-2-3-3 ਲੈਕਚਰ ਨਾਲ ਲੱਗਿਆ ਕਰਦੇ ਅੱਜ ਉਹਨਾਂ ਮਾਵਾਂ ਨੂੰ ਲੋੜ ਹੈ ਜਿਨ੍ਹਾਂ ਨੇ ਮਨਰੇਗਾ ਦੀਆਂ ਦਿਹਾੜੀਆਂ ਨੂੰ ਡੀਕਦੀਆਂ ਨੇ ਪਿਛਲੇ 4-4 ਸਾਲਾਂ ਤੋਂ ਉਹਨਾਂ ਮਾਵਾਂ ਨੂੰ ਲੋੜ ਹੈ ਜਿਹੜੀ 2 ਵਕਤ ਦਾ ਕਿਸੇ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਦੀ ਰੋਟੀ ਦਾ ਪ੍ਰਬੰਧ ਕਰਦੀਆਂ ਨੇ ਕਿਉਂਕਿ ਪੈਨਸ਼ਨ ਤਾਂ ਲੱਗਦੀ ਹੈ ਜਾ ਕੇ 60 ਸਾਲ ਦੀ ਉਮਰ ਦੇ ਵਿੱਚ ਤੇ ਮਾਵਾਂ ਦੀਆਂ ਲੋੜਾਂ ਕਦੋਂ ਸ਼ੁਰੂ ਹੋ ਜਾਂਦੀਆਂ ਨੇ 35 ਸਾਲ ਦੀ ਉਮਰ ਦੇ ਵਿੱਚ ਜਦੋਂ ਧੀ ਨੂੰ ਵਿਆਹ ਕੇ ਜਿਹੜੀ ਬਗਾਨੇ ਘਰ ਤੋੜ ਦਿੰਦੀਆਂ ਨੇ ਸੋਚਦੇ ਆ ਨਾ ਦੀਵਾਲੀ ਲੋਹੜੀ ਨੂੰ ਹਲਵਾਈ ਦੇ ਕੋਲ ਖੜ ਕੇ ਵੀ ਪੈਸੇ ਦੇਖਦੇ ਆ ਪਹਿਲਾਂ ਪਰਸ ਫਰੋਲ ਕੇ ਵੀ ਕਿੰਨੇ ਨੇ ਫਰੋਲਦੇ ਆ ਨਾ ਵੀ ਬੇਸਣ ਦੇ ਲੱਡੂ ਲੈ ਲਈਏ ਜਾਂ ਬੂੰਦੀ ਵਾਲੇ ਲੈ ਕੇ ਸਾਰ ਦਈਏ ਦੇਖਦੇ ਆ ਖੜ ਕੇ ਉਹਨਾਂ ਮਾਵਾਂ ਨੂੰ ਲੋੜ ਹੈ ਜਿਹੜੀਆਂ ਤਿਉਹਾਰ ਵੇਲੇ ਘੱਟੋ ਘੱਟ ਸੰਕੋਚ ਤਾਂ ਕਰਨਗੀਆਂ ਵੀ 2 ਮਹੀਨੇ ਨੂੰ ਲੋਹੜੀ ਆ ਰਹੀ ਹੈ ਆਪਣੀ ਧੀ ਦੇ ਕੋਲ ਜਾਊਂਗੀ 2 ਪੈਸੇ ਉਹਦੇ ਹੱਥ ਦੇ ਧਰ ਕੇ ਆਊਂਗੀ ਜਾਂ ਉਹਦਾ ਮੂੰਹ ਮੁੱਠਾ ਚੱਜ ਦੀ ਚੀਜ਼ ਨਾਲ ਕਰਾ ਕੇ ਆਊਂਗੀ ਉਹਨਾਂ ਮਾਵਾਂ ਨੂੰ ਲੋੜ ਹੈ ਸਾਨੂੰ ਲੋੜ ਹੀ ਹੈ ਬੀਬੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਹਿੰਦੇ ਸਾਨੂੰ ਨਹੀਂ ਕੇਜਰੀਵਾਲ ਦਾ 1000 ਰੁਪਿਆ ਚਾਹੀਦਾ ਹੈਗਾ ਮੈਂ ਕਿਹਾ ਪਰ ਤੁਹਾਨੂੰ ਕਦੋਂ ਚਾਹੀਦਾ ਹੋਊਗਾ ਤੁਹਾਨੂੰ ਕਿਉਂ ਚਾਹੀਦਾ ਕੋਠੇ ਜਿੱਡੀ ਦਾ ਉਸ ਬੀਬੀ ਦੇ ਕੋਲ ਗੱਡੀ ਹੈ ਉਹ ਗੱਡੀ 'ਚ ਵੀ ਤੇਲ ਉਹਨੇ ਪੱਲਿਓ ਨਹੀਂ ਪੈਣਾ ਹੈਗਾ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ 'ਚ ਉਹਦੀ ਗੱਡੀ ਦਾ ਤੇਲ ਪੂਰਾ ਹੁੰਦਾ 10-12 ਗਨਮੈਨ ਹੁੰਦੇ ਨੇ ਉਹਨਾਂ ਗਨਮੈਨਾਂ ਨੂੰ ਵੀ ਤਨਖਾਹ ਬੀਬੀ ਨੇ ਪੱਲਿਓ ਨਹੀਂ ਦੇਣੀ ਹੁੰਦੀ ਉਹ ਵੀ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਜਾਂਦੀ ਹੈ ਤੇ ਮੈਂ ਕਿਹਾ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਤੂੰ ਕੰਮ ਕਰਦੀ ਆ ਉਹਨਾਂ ਦਫ਼ਤਰਾਂ ਦੇ ਖਰਚੇ ਕਿੱਥੋਂ ਪੂਰੇ ਹੁੰਦੇ ਨੇ ਉਹ ਵੀ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਪੂਰੇ ਹੁੰਦੇ ਨੇ ਤੇ ਜੇ 72 ਨੂੰ ਇੰਨੀਆਂ ਸਹੂਲਤਾਂ ਮਿਲਣ ਬੀਬੀ ਤੁਹਾਨੂੰ ਸਾਰੀਆਂ ਨੂੰ ਤੇ ਆਪਾਂ 1000 ਰੁਪਿਆ ਕੀ ਕਰਨਾ ਆਪਾਂ 1000 ਰੁਪਿਆ ਕੀ ਕਰਨਾ 1000 ਰੁਪਿਆ ਚਾਹੀਦਾ ਕਿਹਨਾਂ ਨੂੰ ਆ ਉਹਨਾਂ ਮੇਰੇ ਵਰਗੀਆਂ ਉਹਨਾਂ ਕੁੜੀਆਂ ਨੂੰ ਚਾਹੀਦਾ ਆ ਜਿਹੜੀਆਂ ਦੂਜੇ ਸ਼ਹਿਰ ਪੜ੍ਹਨ ਜਾਂਦੀਆਂ ਨੇ ਤੁਹਾਡੇ ਪਿੰਡੋਂ ਵੀ ਬਹੁਤ ਸਾਰੀਆਂ ਕੁੜੀਆਂ ਪੜ੍ਹਨ ਜਾਂਦੀਆਂ ਨੇ ਮੈਂ 6 ਸਾਲ ਪਟਿਆਲੇ ਪੜ੍ਹੀ ਆ ਚੰਨੋ ਤੋਂ ਬੱਸ ਚੜ੍ਹਦੀ ਸੀ 25 ਰੁਪਏ ਕਿਰਾਇਆ ਲੱਗਦਾ ਸੀ ਪਟਿਆਲੇ ਦਾ 25 ਰੁਪਏ ਪਟਿਆਲੇ ਤੋਂ ਕਿਰਾਇਆ ਲਾ ਕੇ ਵਾਪਸ ਚੰਨੋ ਆਉਂਦੀ ਸੀ 10 ਰੁਪਏ ਚੁੰਗੀ ਤੋਂ ਪਟਿਆਲੇ ਚੁੰਗੀ ਤੋਂ ਕਾਲਜ ਦੇ 10 ਰੁਪਏ ਕਾਲਜ ਤੋਂ ਦੁਬਾਰਾ ਚੁੰਗੀ ਦੇ ਇੱਕ ਦਿਨ ਦਾ 70 ਰੁਪਏ ਕਿਰਾਇਆ ਮੇਰਾ ਰੋਜ਼ ਦਾ ਸੀ ਪਰ ਮੇਰਾ ਬਾਪੂ ਮੈਨੂੰ ਰੋਜ਼ ਦੇ 70 ਰੁਪਏ ਕੱਲੇ ਕਿਰਾਏ ਲਈ ਨਹੀਂ ਦੇ ਸਕਦਾ ਸੀ ਤੇ ਅੱਜ ਮੈਂ ਸੋਚਦੀ ਆ ਵੀ ਜੇ ਉਦੋਂ ਕੇਜਰੀਵਾਲ ਦੀ ਸਰਕਾਰ ਹੁੰਦੀ
ਤੇ ਮੈਨੂੰ ਤੇ ਮੇਰੀ ਮਾਂ ਨੂੰ 2000 ਰੁਪਇਆ ਮਿਲਿਆ ਕਰਨਾ ਸੀ ਤੇ ਹਰ ਮਾਂ ਚਾਹੁੰਦੀ ਆ ਵੀ ਉਹਦੀ ਧੀ ਪੜ੍ਹ ਲਿਖ ਕੇ ਅੱਗੇ ਵਧੇ ਤੇ 2000 ਨਾਲ ਮੈਂ ਸਮੇਂ ਸਿਰ ਕਾਲਜ ਪਹੁੰਚ ਗਿਆ ਕਰਦੀ ਤੁਹਾਡੇ ਪੜਦੇ ਮੁੰਡੇ ਕੁੜੀਆਂ ਨੂੰ ਪਤਾ ਹੋਊਗਾ ਜਦੋਂ ਅਸੀਂ ਚੰਨੋ ਤੋਂ ਬੱਸ ਚੜਦੇ ਸੀ ਨਾ ਤਿੰਨ ਤਿੰਨ ਘੰਟੇ ਅੱਡੇ ਤੇ ਖੜਦੇ ਸੀ ਸਾਨੂੰ ਬੱਸ ਦੇ ਵਿੱਚ ਇੱਕ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਸੀ ਤੇ ਜਦੋਂ 3 ਘੰਟੇ ਬਾਅਦ ਬੱਸ ਮਿਲਣੀ ਵੀ ਇੱਕ ਪੈਰ ਰੱਖ ਕੇ ਸੇਖੂਪੁਰ ਵਾਲਾ ਗੁਰਦੁਆਰਾ ਟੱਪ ਜਾਂਦੀ ਸੀ ਜਦੋਂ ਜਾ ਕੇ ਬੱਸ ਦੇ ਵਿੱਚ 2 ਪੈਰ ਟਿਕਦੇ ਸੀ ਸੀਟ ਤਾਂ ਕਦੇ ਮਿਲੀ ਨਹੀਂ ਸੀ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਪੜ੍ਹਿਆ ਮੈਂ ਪੜ੍ਹ ਕੇ ਆਈ ਹਾਂ 6 ਸਾਲ ਲਾ ਕੇ ਆਈ ਹਾਂ ਤੇ ਮੈਂ ਇੰਨਾ ਦਾਵਾ ਕਰ ਸਕਦੀ ਹਾਂ ਕਿ ਉਹਨਾਂ ਹਾਲਾਤਾਂ ਦੇ ਵਿੱਚ ਜੇ ਕਿਸੇ ਦਾ ਚਾਚਾ ਤਾਇਆ ਜਾਂ ਪਿਓ ਜਾਂ ਭਰਾ ਕੁੜੀ ਨੂੰ ਬੱਸ ਚੜ੍ਹਦੀ ਨੂੰ ਦੇਖ ਲਵੇ ਨਾ ਤਾਂ ਮੁੜ ਕੇ ਕਾਲਜ ਪੜ੍ਹਨ ਨਹੀਂ ਜਾਣ ਦੇਊਗਾ ਵੀ ਜਿਹੜੇ ਹਾਲਾਤ ਕੁੜੀਆਂ 'ਚ ਪੜ੍ਹਨ ਜਾਂਦੀਆਂ ਨੇ ਕਿ ਅਸੀਂ ਧੱਕੇ ਖਾ ਕੇ ਆਪਣੀ ਪੜ੍ਹਾਈ 6 ਸਾਲਾਂ ਦੇ ਵਿੱਚ ਪੂਰੀ ਕਰੀ ਹੈ ਅੱਜ ਮੈਂ ਸੋਚਦੀ ਹਾਂ ਵੀ ਉਹਨਾਂ 2000 ਰੁਪਏ ਦੇ ਨਾਲ ਮੈਂ ਘੱਟੋ ਘੱਟ ਜਾਂਦੀ ਵਾਰ ਦਾ ਕਿਰਾਇਆ ਲਾ ਕੇ ਪ੍ਰਾਈਵੇਟ ਬੱਸ ਦੇ ਵਿੱਚ ਸਮੇਂ ਸਿਰ ਆਪਦੇ ਕਾਲਜ ਪਹੁੰਚ ਜਾ ਕਰਦੀ ਮੇਰੇ 2-2 3-3 ਲੈਕਚਰ ਨਾ ਲੱਗਿਆ ਕਰਦੇ ਅੱਜ ਉਹਨਾਂ ਮਾਵਾਂ ਨੂੰ ਲੋੜ ਹੈ ਜਿਨ੍ਹਾਂ ਨੇ ਮਨਰੇਗਾ ਦੀਆਂ ਦਿਹਾੜੀਆਂ ਨੂੰ ਡੀਕਦੀਆਂ ਨੇ ਪਿਛਲੇ 4-4 ਸਾਲਾਂ ਤੋਂ ਉਹਨਾਂ ਮਾਵਾਂ ਨੂੰ ਲੋੜ ਹੈ ਜਿਹੜੀ 2 ਵਕਤ ਦਾ ਕਿਸੇ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਦੀ ਰੋਟੀ ਦਾ ਪ੍ਰਬੰਧ ਕਰਦੀਆਂ ਨੇ ਕਿਉਂਕਿ ਪੈਨਸ਼ਨ ਤਾਂ ਲੱਗਦੀ ਹੈ ਜਾ ਕੇ 60 ਸਾਲ ਦੀ ਉਮਰ ਦੇ ਵਿੱਚ ਤੇ ਮਾਵਾਂ ਦੀਆਂ ਲੋੜਾਂ ਕਦੋਂ ਸ਼ੁਰੂ ਹੋ ਜਾਂਦੀਆਂ ਨੇ 35 ਸਾਲ ਦੀ ਉਮਰ ਦੇ ਵਿੱਚ ਜਦੋਂ ਧੀ ਨੂੰ ਵਿਆਹ ਕੇ ਜਿਹੜੀ ਬਗਾਨੇ ਘਰ ਤੋੜ ਦਿੰਦੀਆਂ ਨੇ ਸੋਚਦੇ ਆ ਨਾ ਦੀਵਾਲੀ ਲੋਹੜੀ ਨੂੰ ਹਲਵਾਈ ਦੇ ਕੋਲ ਖੜ ਕੇ ਵੀ ਪੈਸੇ ਦੇਖਦੇ ਆ ਪਹਿਲਾਂ ਪਰਸ ਫਰੋਲ ਕੇ ਵੀ ਕਿੰਨੇ ਨੇ ਫਰੋਲਦੇ ਆ ਨਾ ਵੀ ਬੇਸਣ ਦੇ ਲੱਡੂ ਲੈ ਲਈਏ ਜਾਂ ਬੂੰਦੀ ਵਾਲੇ ਲੈ ਕੇ ਸਾਰ ਦਈਏ ਦੇਖਦੇ ਆ ਖੜ ਕੇ ਉਹਨਾਂ ਮਾਵਾਂ ਨੂੰ ਲੋੜ ਹੈ ਜਿਹੜੀਆਂ ਤਿਉਹਾਰ ਵੇਲੇ ਘੱਟੋ ਘੱਟ ਸੰਕੋਚ ਤਾਂ ਕਰਨਗੀਆਂ ਵੀ 2 ਮਹੀਨੇ ਨੂੰ ਲੋਹੜੀ ਆ ਰਹੀ ਹੈ ਧੀ ਦੇ ਕੋਲ ਜਾਊਂਗੀ 2 ਪੈਸੇ ਉਹਦੇ ਹੱਥ ਦੇ ਧਰ ਕੇ ਆਊਂਗੀ ਜਦੋਂ ਮੂੰਹ ਮਿੱਠਾ ਚੱਜ ਦੀ ਚੀਜ਼ ਨਾਲ ਕਰਾ ਕੇ ਆਊਂਗੀ ਉਹਨਾਂ ਮਾਵਾਂ ਨੂੰ ਲੋੜ ਹੈ ਸਾਨੂੰ ਲੋੜ ਹੀ ਹੈ ਬੀਬੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਹਿੰਦੀ ਸਾਨੂੰ ਨੀ ਕੇਜਰੀਵਾਲ ਦਾ 1000 ਰੁਪਇਆ ਚਾਹੀਦਾ ਹੈਗਾ ਮੈਂ ਕਿਹਾ ਭਾਈ ਤੁਹਾਨੂੰ ਕਾਹਤੋਂ ਚਾਹੀਦਾ ਹੋਊਗਾ ਤੁਹਾਨੂੰ ਕਿਉਂ ਚਾਹੀਦਾ ਕੋਠੇ ਜਿੱਡੀ ਦਾ ਉਸ ਬੀਬੀ ਦੇ ਕੋਲ ਗੱਡੀ ਹੈ ਉਹ ਗੱਡੀ 'ਚ ਵੀ ਤੇਲ ਉਹਨੇ ਪੱਲਿਓ ਨਹੀਂ ਪੈਣਾ ਹੈਗਾ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ 'ਚ ਉਹਦੀ ਗੱਡੀ ਦਾ ਤੇਲ ਪੂਰਾ ਹੁੰਦਾ 10-12 ਗੰਨਮੈਨ ਹੁੰਦੇ ਨੇ ਉਹਨਾਂ ਗੰਨਮੈਨਾਂ ਨੂੰ ਵੀ ਤਨਖਾਹ ਬੀਬੀ ਨੇ ਪੱਲਿਓ ਨਹੀਂ ਦੇਣੀ ਹੁੰਦੀ ਉਹ ਵੀ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚ ਹੋ ਜਾਂਦੀ ਹੈ ਤੇ ਮੈਂ ਕਿਹਾ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਤੂੰ ਕੰਮ ਕਰਦੀ ਆ ਉਹਨਾਂ ਦਫ਼ਤਰਾਂ ਦੇ ਖਰਚੇ ਕਿੱਥੋਂ ਪੂਰੇ ਹੁੰਦੇ ਨੇ ਉਹ ਵੀ ਤੁਹਾਡੇ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਪੂਰੇ ਹੁੰਦੇ ਨੇ ਤੇ ਜੇ ਭਾਕੜ ਨੂੰ ਇੰਨੀਆਂ ਸਹੂਲਤਾਂ ਮਿਲਣ ਬੀਬੀ ਤੁਹਾਨੂੰ ਸਾਰੀਆਂ ਨੂੰ ਤੇ ਆਪਾਂ 1000 ਰੁਪਇਆ ਕੀ ਕਰਨਾ ਆਪਾਂ 1000 ਰੁਪਇਆ ਕੀ ਕਰਨਾ 1000 ਰੁਪਇਆ ਚਾਹੀਦਾ ਕਿਹਨਾਂ ਨੂੰ ਆ ਉਹਨਾਂ ਮੇਰੇ ਵਰਗੀਆਂ ਉਹਨਾਂ ਕੁੜੀਆਂ ਨੂੰ ਚਾਹੀਦਾ ਆ ਜਿਹੜੀਆਂ ਦੂਜੇ ਸ਼ਹਿਰ ਪੜ੍ਹਨ ਜਾਂਦੀਆਂ ਨੇ ਤੁਹਾਡੇ ਪਿੰਡੋਂ ਵੀ ਬਹੁਤ ਸਾਰੀਆਂ ਕੁੜੀਆਂ ਪੜ੍ਹਨ ਜਾਂਦੀਆਂ ਨੇ ਮੈਂ 6 ਸਾਲ ਪਟਿਆਲੇ ਪੜ੍ਹੀ ਆ ਚੰਨੋ ਤੋਂ ਬੱਸ ਚੜ੍ਹਦੀ ਸੀ 25 ਰੁਪਏ ਕਿਰਾਇਆ ਲੱਗਦਾ ਸੀ ਪਟਿਆਲੇ ਦਾ 25 ਰੁਪਏ ਪਟਿਆਲੇ ਤੋਂ ਕਿਰਾਇਆ ਲਾ ਕੇ ਵਾਪਸ ਚੰਨੋ ਆਉਂਦੀ